ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਲਸਾ। ਜਥੇਦਾਰ ਰਾਜਾ ਰਾਜ ਸਿੰਘ ਜੀ ਬੋਲ ਰਹੇ ਹੋ ਜੀ? ਹਾਂਜੀ ਬਾਬਾ ਜੀ। ਹਰਪਾਲ ਸਿੰਘ ਸੁਨਾਮ ਪੰਜਾਬੀ ਲੋਕ ਚੈਨਲ ਅਮੈਰੀਕਾ ਤੋਂ ਅਰਜ਼ ਕਰ ਰਿਹਾ ਸੀ। ਬਾਬਾ ਜਿਹੜਾ ਨਵੀਨ ਸਿੰਘ ਦਾ ਕੱਲ੍ਹ ਦਾ ਝਗੜਾ ਹੋਇਆ, ਉਸ ਸੰਬੰਧ ਵੀ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਉਹ ਮਸਲਾ ਹੈ ਕੀ ਸੀ? ਦੇਖੋ ਮਸਲਾ ਸਾਰਾ ਤੁਹਾਨੂੰ ਮੈਂ ਦੱਸ ਰਿਹਾ ਨਾ। ਇੱਕ ਇਹ ਜਦੋਂ ਕੱਲ ਦਾ 11-12 ਵਜੇ ਦਾ ਟਾਈਮ, ਬਾਬਾ ਗੁਰਮਿੰਦਰ ਸਿੰਘ ਮੇਰੇ ਕੋਲ ਬੈਠੇ ਆਏ ਨੇ, ਅਸੀਂ ਬੈਠੇ ਹਾਂ ਜੀ। ਇੱਕ ਸਾਡੇ ਕੋਲ ਵਿਅਕਤੀ ਆਇਆ, ਉਹਨੇ ਕਿਹਾ ਵੀ ਬਾਬਾ ਜੀ ਤੁਹਾਡੇ ਬੰਦੇ ਨੇ ਇੱਕ ਉਧਰ ਬੰਦੇ ਦੀ ਲੱਤ ਤੋੜਤੀ ਆ, ਨਿਹੰਗ ਸਿੰਘ ਨੇ ਜੀ, ਰੌਲਾ ਪਿਆ ਹੋਇਆ ਉੱਥੇ, ਭੀੜ ਜਮੀ ਆ, ਤਲਖੀ ਵਾਲਾ ਮਾਹੌਲ ਆ, ਤੁਸੀਂ ਛੇਤੀ ਚਲੋ ਜੀ। ਅਸੀਂ ਇੱਥੋਂ ਗਏ ਫਟਾਫਟ, ਉੱਥੇ ਜਦੋਂ ਜਾ ਕੇ ਦੇਖਿਆ ਉੱਥੇ ਇਕੱਠ ਹੋ ਰਿਹਾ ਸੀ 150 ਬੰਦੇ ਦਾ ਜੀ, ਆਲੇ ਦੁਆਲੇ ਕਿਉਂ ਬੈਠਾ ਸੀ ਬੰਦਾ, ਉਹ ਜੀ ਸੱਟ ਲੱਗੀ ਸੀ ਜੀ। ਉਹਨੇ ਟੈਟੂ ਲਈ ਪੁਲਿਸ ਨੂੰ ਕਰਿਆ ਹੋਣਾ ਜਾਂ ਫੋਨ, ਜਾਂ ਕਹਿੰਦੇ ਮੈਂ ਕਿਹਾ ਵੀ ਪਹਿਲਾਂ ਤੈਨੂੰ ਲੈ ਕੇ ਜਾਓ ਉੱਥੇ ਜਾ ਕੇ, ਪਰਸੋਂ ਉਹ ਕਹਿੰਦੇ ਵੀ ਐਂਬੂਲੈਂਸ ਆਉਂਦੇ ਲੈ ਕੇ ਜਾਂਦੇ ਜੀ। ਮੈਂ ਕਿਹਾ ਕਿਹਨੇ ਮਾਰਿਆ? ਕਹਿੰਦੇ ਤੁਹਾਡੀ ਵਰਦੀ ਸੀ ਤੁਹਾਡੇ ਵਰਗਾ, ਵੀ ਉਹਨਾਂ ਤੁਹਾਡੇ ਸਿੰਘਾਂ ਦੇ ਕਿਸੇ ਨੇ ਹਨਾ ਇਹਨੂੰ ਮਾਰਿਆ। ਮੈਂ ਕਿਹਾ ਦੱਸੋ ਵੀ ਕੌਣ? ਉਹ ਫੋਟੋ ਕੱਢ ਕੇ ਦਿਖਾਉਣ ਲੱਗੇ ਤੈਨੂੰ, ਉਹ ਸਿੰਘ ਉਹ ਆਪਦੇ ਪੜਾ ਕੇ ਨੇ, ਉੱਧਰ ਆਪਦੇ ਪੜਾ ਦੇ ਸੀ, ਉੱਧਰ ਹੀ ਸਾਹਮਣੇ ਆ ਗਿਆ ਜੀ। ਉਹ ਕਹਿੰਦੇ ਵੀ ਉਹ ਆ, ਉਹ ਭੱਜ ਕੇ ਜਦੋਂ ਉੱਥੇ ਜਾਣ ਲੱਗੇ, ਉੱਥੇ ਉਹ ਮੁਰਗੇ ਬੰਨਣ ਦਾ ਕੰਮ ਕਰਦਾ, ਮੁਰਗਿਆਂ ਦਾ ਕੰਮ ਕਰਦਾ ਬੰਦਾ, ਉਹਨੇ ਆਪਦੇ ਟੈਲੀਫੋਨ ਕਰਤਾ ਉੱਥੇ, ਉਹ ਆਪਦੇ ਜਿਹੜੇ ਮੁਰਗੇ ਪੜਦੇ ਉਹ ਵੀ ਹੱਥਾਂ ਦੇ ਕੇ ਪੜਦੇ ਸੀ ਉਸ ਟਾਈਮ, ਉਹ ਤਲਖੀ ਵਾਲਾ ਮਾਹੌਲ ਸੀ ਜੀ। ਮੈਂ ਉਹਨੂੰ ਕਿਹਾ ਵੀ ਉਹ ਕੁਛ ਨੇ ਤੁਸੀਂ ਜਾਣਾ ਨੀ, ਮੈਂ ਗੱਲ ਕਰਦਾ। ਮੈਂ ਗਏ ਉਹਦੇ ਕੋਲ, ਮੈਂ ਉਰਿਆ ਤੂੰ ਇਹਦੀ ਲੱਤ ਕਿਉਂ ਤੋੜੀ? ਉਹਨੇ ਦੱਸਿਆ ਵੀ ਇਹ ਬੀੜੀ ਪੀਂਦਾ ਸੀਗਾ। ਮੈਂ ਕਿਹਾ ਬੀੜੀ ਪੀਂਦਾ ਸੀ, ਉਹ ਸੜਕ ਤੇ ਆ, ਤੂੰ ਉਹਦੇ ਪੜਾ ਤੇ ਆ, ਉੱਥੇ ਤੂੰ ਕਰਨ ਗਿਆ? ਜੇ ਤੂੰ ਜੇ ਬੀੜੀ ਪੀਂਦਾ ਤੂੰ ਕਹਿੰਦਾ ਰਾਹ ਲੰਘ ਜਾ, ਮੋਰ ਚਾਹੇ ਖਰਾਬ ਆ, ਦੇਖੋ ਗੱਡੀ ਆਪਣੇ ਵਿਆਦਿਸ਼ ਦੀ ਉਕੜੇ, ਇਸੇ ਲੋਟ ਨੀ ਹੇਠਾਂ ਹੋਇਆ, ਤੂੰ ਹੋਰ ਕੰਮ ਕਰ ਤਾਂ ਲੱਤ ਤੋੜ ਕੇ ਉਹਦੀ ਜੀ। ਤੇ ਮੈਂ ਜੀ ਉਹਦੇ 5-4 ਥੱਪੜ ਮਾਰੇ, ਮੈਂ ਤਾਂ ਇਹ ਇੱਕ ਅੱਧਾ ਥੱਪੜ ਮਾਰ ਦਿੰਦਾ, ਤੂੰ ਉਹਦੇ ਉਹਦੇ ਤੂੰ ਲੱਤ ਹੀ ਤੋੜਤੀ ਆ, ਉਹ ਰੌਲਾ ਪਾਉਂਦਾ, ਦੇਖ ਕਿੰਨਾ ਇਕੱਠ ਹੋਇਆ ਤੇਰੀ ਵਜ੍ਹਾ, ਹਰ ਕੀ ਹੋ ਗਿਆ, ਇੱਥੇ ਕੋਈ ਹੋਰ ਚਾ ਪੰਗਾ ਚੜੇਗਾ? ਮੈਂ ਉਹਦੇ 2-4 ਥੱਪੜ ਮਾਰੇ, ਬਾਬਾ ਬਲਵਿੰਦਰ ਸਿੰਘ ਨੇ ਮਾਰਿਆ, ਕੋਈ ਅਸੀਂ ਗਲਤ ਨੀ ਕਹਿੰਦੇ, ਮਾਰਿਆ ਉਹਨੂੰ, ਕਿਉਂਕਿ ਵੀ ਜਿਹੜਾ ਭੀੜ ਆ ਉਹਦਾ ਗੁੱਸਾ ਵਾਲਾ ਵਾ ਠੰਡਾ ਹੋਵੇ ਜੀ। ਫਿਰ ਮੈਂ ਉਹਨੂੰ ਕਿਹਾ ਬਾਬਾ ਅਮਰ ਸਿੰਘ ਨੂੰ ਬੁਲਾਇਆ, ਉਹ ਨੀ ਆਇਆ, ਫਿਰ ਮੈਂ ਉਹਨੂੰ ਉੱਥੋਂ ਲੈ ਕੇ ਆਪਦੇ ਪੜਾ ਤੇ ਇੱਧਰ ਆਏ ਸੀ ਲੈ ਕੇ ਆਏ ਜੀ। ਇਸੇ ਤਰ੍ਹਾਂ ਜਿਹੜੀ ਉਹ ਭੀੜ ਵੀ ਮਗਰ ਤੁਰ ਪਈ, ਫਿਰ ਅਸੀਂ ਉਹਨੂੰ ਦੌੜਕਾ ਮਾਰੇ ਵੀ ਮਗਰ ਨੀ ਕਿਸੇ ਨੇ ਸਾਡੇ ਆਉਣਾ ਜੀ, ਮਗਰ ਨੀ ਆਉਣਾ, ਉੱਥੇ ਹੋਰ ਮੁੰਡੇ ਆ ਗਏ ਆਪਣੇ ਪੰਜਾਬੀ ਸੀਗੇ ਜੀ। ਮੈਂ ਉਹਨਾਂ ਨੂੰ ਕਿਹਾ ਫਟਾਫਟ ਤੁਸੀਂ ਇੱਧਰ ਕੋਈ ਨਾ ਹੋਵੇ, ਇਹਨੂੰ ਬੰਦ ਕਰੋ, ਅਸੀਂ ਆਪੇ ਕਰ ਲਾਂਗੇ। ਤੇ ਮੈਂ ਹੋਰ ਇੱਕ ਦੋ ਫੇਰ ਸੱਪੜ ਮਾਰੇ ਵੀ ਇਹਨਾਂ ਦਾ ਗੁੱਸਾ ਠੀਕ ਹੋਵੇ ਭੀੜ ਦਾ ਜੀ। ਤੇ ਉਸ ਤੋਂ ਬਾਅਦ ਜਿਹੜਾ ਉਹ ਮੈਂ ਸਿੰਘਾਂ ਨੂੰ ਕਿਹਾ ਉਹਨੂੰ ਪਹਿਲਾਂ ਤਾਂ ਤੁਸੀਂ ਛੇਤੀ ਛੇਤੀ ਹਸਪਤਾਲ ਚ ਲੈ ਕੇ ਜਾਓ, ਉਹਦੀ ਟ੍ਰੀਟਮੈਂਟ ਕਰਾਓ। ਇੱਥੇ ਪਿਆ ਇਹਨੂੰ ਦੇਖ ਕੇ ਉਹ ਰੌਲਾ ਰੌਲਾ ਪਾਈ ਹੁੰਦਾ, ਇਹਨੂੰ ਦੇਖ ਦੇਖ ਕੇ ਹੋਰ ਲੋਕ ਇਕੱਠੇ ਹੋ ਜਾਂਦੇ ਨੇ, 150 ਬੰਦਾ ਇਕੱਠਾ ਹੋ ਗਿਆ, ਇੰਨਾ ਰੌਲਾ ਪੈ ਗਿਆ ਜੀ। ਹੋ ਸਕਦਾ ਕਿਸੇ ਸਿੰਘ ਤੇ ਹਮਲਾ ਵੀ ਕਰ ਸਕਦੇ ਇਕੱਠੇ ਹੋ ਕੇ, ਇਹਨਾਂ ਵਿੱਚ ਹੋਰ ਬੰਦੇ ਰਲ ਜਾਂਦੇ ਨੇ, ਸ਼ਰਾਰਤੀ ਅਨਸਰ ਕੀ ਹੁੰਦਾ। ਤੇ ਮੈਂ ਉਹਨੂੰ ਕਿਹਾ ਵੀ ਕੱਲ ਅਸੀਂ ਆਪੇ ਉਹਨਾਂ ਜਦੋਂ ਥੱਪੜ ਮਾਰੇ ਕੋਈ ਠੀਕ 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 ਹੀ ਕੁਛ ਉਹਨਾਂ ਦੇ ਬੰਦੇ, ਮੈਂ ਸਾਡੇ ਮਗਰ ਕੋਈ ਨਾ ਪੈ ਜੇ ਗੇਟ ਲਾ ਦਿਆ, ਅਸੀਂ ਆਪਦੇ ਪਾਸੇ ਲਿਆਂਦਾ ਜੀ। ਤੇ ਮੈਂ ਉਹਨਾਂ ਸਿੰਘਾਂ ਨੂੰ ਕਿਹਾ ਫਟਾਫਟ ਲੈ ਜਾਓ ਉੱਥੇ। ਉਹਨਾਂ ਨੇ ਉਹ ਸਾਥ ਤੋਂ ਪਹਿਲਾਂ ਵੀ ਜਦੋਂ ਸਾਡੇ ਕੋਲੇ ਬੰਦਾ ਉਦੋਂ ਪਹਿਲਾਂ ਵੀ ਟੈਲੀਫੋਨ ਪੁਲਿਸ ਨੂੰ ਵੀ ਕਰਤਾ ਸੀ, ਉਹਨਾਂ ਨੇ ਕੁਛ ਵੀ ਬੁਲਾ ਲਈ ਸੀ। ਇਹ ਕਿਹਨਾਂ ਨੇ ਕੀਤਾ ਸੀ ਫੋਨ ਜੀ? ਉਹਨਾਂ ਵੱਲੋਂ ਭੀੜ ਵੱਲੋਂ ਕਿਸੇ ਨੇ। ਅੱਛਾ ਤੁਸੀਂ ਦੱਸਿਆ ਗਿਆ ਵੀ ਐਂ ਕਰਕੇ ਤੁਸੀਂ ਕੀਤਾ ਸੀ ਫੋਨ, ਉਹਨਾਂ ਨੇ ਕੀਤਾ ਸੀ? ਨਹੀਂ 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 ਨਹੀਂ, ਭੀੜ ਵੱਲੋਂ ਹੀ ਕਿਸੇ ਬੰਦੇ ਨੇ ਉਹਨਾਂ ਤੋਂ ਹੀ। ਅੱਛਾ ਜੀ। ਸਾਡੇ ਜਾਣ ਵੀ ਉਸ ਵੇਲੇ ਪੁਲਿਸ ਨਹੀਂ ਸੀ, ਜਦੋਂ ਅਸੀਂ ਪੁਲਿਸ ਨਹੀਂ ਸੀ ਆਈ ਇੱਥੇ ਜੀ, ਨਾ ਹੀ ਜਦੋਂ ਅਸੀਂ ਉਹਨੂੰ ਆਪਦੇ ਕੋਲ ਲਿਆਉਂਦੇ ਉਹ ਪੁਲਿਸ ਆਈ ਹੈ ਜੀ। ਤੇ ਮੈਂ ਉਹਨੂੰ ਚੁਕਾਇਆ, ਅਸੀਂ ਉਹਨੂੰ ਲਿਆਂਦਾ, ਫਿਰ ਉਹਦੇ ਇੱਥੇ ਮੈਂ ਕਿਹਾ ਵੀ ਸਿੰਘਾਂ ਨੂੰ ਕਿਹਾ ਵੀ ਇੱਥੇ ਨੂੰ ਬੰਨ ਦੋ, ਬੰਨ ਕੇ ਇਹਦਾ ਕੋਈ ਬਾਣਾ ਨੀ, ਕਿਸੇ ਇਹ ਵੀ ਕਿਹਾ ਮੈਂ ਕਿਸੇ ਨੇ ਇਹਦਾ ਬਾਣਾ ਹੀ ਤਾਰਨਾ, ਕੁਛ ਨੀ ਕਰ ਰਹੇ, ਵੇਖਣੀ ਬੰਨੋ, ਫਿਰ ਦੇਖਦੇ ਹਾਂ ਜੇ ਕੋਈ ਪੁਲਿਸ ਆਊ ਕਰਨ ਵਾਸਤੇ ਜਾਂ ਉਹ ਦੇਖਾਂਗੇ ਅਸੀਂ ਆਪੇ ਜੀ। ਉਸ ਤੋਂ ਬਾਅਦ ਅਸੀਂ ਮੈਂ ਇਹ ਕਹਿ ਕੇ, ਕਿਉਂ ਮੇਰੇ ਕੋਲ ਸੰਗਤ ਬਹੁਤ ਜ਼ਿਆਦਾ ਆਉਂਦੀ ਇੱਥੇ, ਆਉਂਦੇ ਕੋਈ ਨਾ ਕੋਈ ਆਉਂਦੇ ਆ ਗਏ ਇੱਥੇ ਬੈਠੇ ਜੀ ਮਿਲਣ ਵਾਲੇ ਜੀ, ਮੈਂ ਸਿੰਘਾਂ ਨੂੰ ਕਿਹਾ ਵੀ ਇਹਦੇ ਕੁਛ ਨੀ ਕਹਿਣਾ, ਇਹਨੂੰ ਵੇਖਣੀ ਬੰਨੋ ਬਾਣੇ, ਜਿਵੇਂ ਹੈਗਾ ਇਹਦੇ ਕੁਛ ਨੀ ਤਾਰਨਾ, ਆਈ ਬੰਨ ਦੋ, ਫਿਰ ਦੇਖਦੇ ਹਾਂ। ਪਰ ਬਾਣਾ ਤਾਰਿਆ ਗਿਆ ਸੀ, ਪਰ ਫੋਟੋਆਂ ਦੇ ਵਿੱਚ ਲੱਗਦਾ ਨਹੀਂ। ਸੁਣੋ 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 ਸਾਰਾ ਕੁਛ ਸੱਚ ਦੱਸੂ। ਮੈਂ ਇੱਧਰ ਅੰਦਰ ਆ ਗਿਆ ਤੰਬੂ ਚ, ਉਸ ਤੋਂ ਬਾਅਦ ਹੋਰ ਭੀੜ ਇਕੱਠੀ ਹੋਣ ਕਰਕੇ ਮੀਡੀਆ ਆ ਗਿਆ, ਫਿਰ ਆਪਣੇ ਸਿੰਘਾਂ ਸਾਡੇ ਵਿੱਚੋਂ ਹੀ ਸਿੰਘਾਂ ਨੇ, ਮੈਨੂੰ ਨੀ ਪਤਾ ਕਿਹੜੇ ਸਿੰਘ ਨੇ, ਉਹਦਾ ਬਾਣਾ ਵੀ ਤਾਰਿਆ, ਉਹਦਾ ਸਾਰਾ ਕੁਛ ਕਰਿਆ ਉਹਨੂੰ, ਹਨਾ। ਜਦੋਂ ਦੇਖੋ ਅੱਛਾ ਲੋਕਾਂ ਨੂੰ ਕੋਈ ਪਤਾ, ਜਦੋਂ ਅਸੀਂ ਉਹਨੂੰ ਉਸ ਬੰਦੇ ਨੂੰ ਦੇਖਿਆ 2-3 ਦਿਨ ਪਹਿਲਾਂ, ਮੈਨੂੰ ਮੇਰਾ ਮਾਨ ਅਮਨ ਦੇ ਨਾਂ ਦਾ ਸਿੰਘ ਆ ਉਹਦਾ, ਜਦੋਂ ਉਹ ਆਪਣੇ ਨਿੱਕੇ ਛੋਟੇ ਛੋਟੇ ਕੇਸ ਚ ਸ਼ੱਕ ਲੋਕਾਂ ਨੂੰ ਹੋ ਗਿਆ ਵੀ ਇਹ ਦੂਜਾ ਬੰਦਾ ਜੀ,
ਫਿਰ ਜਦੋਂ ਉਹਦੇ ਜੇਬ ਚੋਂ ਬਟੂਆ ਨਿਕਲਿਆ ਉਹਦੇ ਵਿੱਚ ਨਵੀਨ ਕੁਮਾਰ ਲਿਖਿਆ ਹੋਇਆ, ਜਦੋਂ ਨਵੀਨ ਕੁਮਾਰ ਲਿਖ ਲਿਆ ਜਿਹੜੇ ਦੂਜੇ ਹੋਰ ਸੀ ਆ ਮੌਤ, ਉਹਨਾਂ ਨੂੰ ਕੀ ਪਤਾ ਵੀ ਸਿੰਘ ਆ ਕੌਣ ਆ ਕਵੀ, ਇਹਦੇ ਐਡਰੈਸ ਤੇ ਇਹ ਲਿਖਿਆ ਹੋਇਆ ਨਵੀਨ, ਜਿੰਨੇ ਪਰੂਫ ਤੇ ਨਵੀਨ, ਜਦੋਂ ਕਿਉਂ ਉਹਨੇ ਕਿਹਾ ਸਿੰਘ ਹੁਣੇ ਉਹਨੇ ਮੋਟਰਸਾਈਕਲ ਏਡੀ ਛੇਤੀ ਕਸਲ ਚੇਂਜ ਕਰਾ ਦਿੰਦਾ ਜੀ, ਨੌ ਤੋਂ ਤਾਂ ਪੁਰਾਣੀ ਨੇੜਾ ਸੀਗਾ, ਉਹਦੀ ਮਾਂ ਦਾ ਵੀ ਉਹ ਸੀ ਆਧਾਰ ਕਾਰਡ ਤੋਂ ਸੰਤੋਖ ਰਾਣੀ ਲਿਖਿਆ ਹੋਇਆ ਜੀ, ਉਹ ਐ ਹੋ ਗਿਆ ਵੀ ਇਹ ਹਿੰਦੂ ਆ ਜਾ ਕੋਈ ਹੋਰ ਆਰ ਐਸ ਐਸ ਦਾ ਬੰਦਾ ਇੱਕਣ ਹੋਇਆ ਜੀ, ਤੇ ਜਦੋਂ ਮੈਂ ਆਪਦੀ ਗੱਲਾਂ ਕਰੀ ਤਾਂ ਮੈਨੂੰ ਨੀ ਪਤਾ ਵੀ ਉਹਦਾ ਬਾਰੇ, ਜਦੋਂ ਮੀਡੀਆ ਆਇਆ ਫਿਰ ਮੈਨੂੰ ਬੁਲਾਇਆ ਬਾਬਾ ਜੀ, ਜਦੋਂ ਮੈਂ ਜਾ ਕੇ ਤਾਂ ਉਸ ਟਾਈਮ ਉਹਦਾ ਬਾਣਾ ਕੇਸ ਵੀ ਖੁੱਲੇ ਸੀ, ਤਰ੍ਹਾਂ ਤਰ੍ਹਾਂ ਦੇ ਲੋਕ ਗੱਲਾਂ ਕਰਦੇ, ਫਿਰ ਮੈਂ ਉੱਥੇ ਉਦੋਂ ਪਹਿਲਾਂ ਮੇਰੇ ਕੋਲ ਪੁਲਿਸ ਵੀ ਆ ਗਈ ਸੀ ਅੰਦਰ, ਜਿੱਥੋਂ ਪੁਲਿਸ ਨੂੰ ਕਹਿੰਦੇ ਵੀ ਬਾਬਾ ਜੀ ਮੈਂ ਗੱਲ ਤੁਹਾਨੂੰ ਬਿਲਕੁਲ ਨੀ ਅਸੀਂ ਸਿੰਘ ਦੇਣਾ, ਇਹ ਸਾਡੇ ਕੋਲ ਬੈਠਾ, ਇਹਨੂੰ ਤਾਂ ਤੁਹਾਡੇ ਕੋਲ ਤੇਰੇ ਕੋਲ ਕੰਪਲੇਨ ਹੈ ਹੀ ਬਣਦੀ, ਵੀ ਕਿਉਂ ਕਹਿੰਦਾ ਤੁਹਾਨੂੰ ਟੈਲੀਫੋਨ ਗਿਆ ਸੀ, ਮੈਂ ਟੈਲੀਫੋਨ ਸਾਡੇ ਕੋਲ ਬੰਦਾ ਹੈਗਾ ਲਿਆਂਦਾ, ਟੈਲੀਫੋਨ ਗਿਆ ਤੇਰੇ ਕੋਲ ਕੰਪਲੇਨ ਦਾ ਕੋਈ ਹੈ ਨੀ, ਰਿਕੋਰਡ ਨੀ ਉਹਦੇ ਖਿਲਾਫ, ਅਸੀਂ ਉਹਨੂੰ ਬੰਦਾ ਨਹੀਂ ਦੇਣਾ, ਤੁਸੀਂ ਮੁੜ ਜਾਓ, ਸਾਡਾ ਉਹਦੇ ਬੰਦੇ ਭੇਜੇ ਹੋਏ ਨੇ, ਜੇ ਉਹ ਬੰਦਾ ਮੰਨਦਾ ਸੀ ਉਹਦਾ ਖਰਚਾ ਚੱਕਾਂਗੇ, ਅਸੀਂ ਉਹਦਾ ਇਲਾਜ ਕਰਾਵਾਂਗੇ ਸਾਰਾ ਕਰਾਵਾਂਗੇ, ਜੇ ਨਹੀਂ ਉਹ ਨਹੀਂ ਮੰਨਦਾ, ਜੇ ਉਹ ਤੁਹਾਨੂੰ ਕੰਪਲੇਨ ਕਰਦਾ ਤੁਹਾਨੂੰ ਰਿਪੋਰਟ ਦਿੰਦਾ ਫਿਰ ਤੁਸੀਂ ਫੜ ਲਿਓ, ਸਾਡੇ ਕੋਲ ਬੰਦੇ ਹਾਂ ਲੈ ਆ ਜਾ, ਮੈਂ ਸਾਡੇ ਕੋਲ ਬੰਦਾ ਹੈਗਾ ਮੈਂ ਦੇਣਾ, ਠੀਕ ਆ ਨਾ। ਉਸ ਤੋਂ ਬਾਅਦ ਮੀਡੀਆ ਆਇਆ ਜੋ ਵੀ, ਫਿਰ ਉਸ ਤੋਂ ਬਾਅਦ ਪੁਲਿਸ ਫਿਰ ਬਾਅਦ ਚ ਆਈ ਹੈ, ਜੋ ਤੁਸੀਂ ਬਾਕੀ ਤੁਸੀਂ ਸਾਰਾ ਕੁਛ ਦੇਖੇ ਪਰਖੀ ਦੇ ਵਿੱਚ ਹੋਇਆ ਸਾਰਾ ਕੁਛ, ਪਰ ਤੁਸੀਂ ਮੰਨਦੇ ਹੋ ਪਰ ਜਿਵੇਂ ਮੌਜੂਦ ਸੀ, ਜੋ ਮੇਰੇ ਐਲੀਗੇਸ਼ਨ ਲੱਗੇ ਨੇ ਇਹ ਮੇਰੇ ਤੇ ਲਾਏ ਗਏ ਵੀ ਉਹਨੂੰ ਬਾਬਾ ਜੀ ਨੇ ਬਾਣਾ ਤਾਰਿਆ, ਹਾਂਜੀ ਉਹ ਕਰਿਆ, ਮੈਂ ਬਿਲਕੁਲ ਉਹਦੇ ਵਿੱਚ ਉਸ ਟਾਈਮ ਮੌਜੂਦ ਨੀ ਸੀ, ਮੇਰੀ ਗੈਰ ਮੌਜੂਦਗੀ ਦੇ ਵਿੱਚ ਉਹਦਾ ਬਾਣਾ ਲਾਇਆ ਗਿਆ, ਕਾਰ ਲਾਏ ਗਏ, ਇਹ ਜੋ ਕੁਛ ਹੋਇਆ ਗਲਤ ਹੋਇਆ, ਉਹਦੇ ਐਲੀਪਰੇ ਸਾਰਾ ਕੁਛ ਜਾਂਚ ਕੀਤੀ, ਉਹ ਸਹੀ ਪਾਇਆ ਗਿਆ ਬੰਦਾ, ਤੁਸੀਂ ਮੰਨਦੇ ਹੋ ਦੇ ਵਿੱਚ ਵੀ ਬਹੁਤ ਕੁਛ ਲਿਖਿਆ, ਤੁਸੀਂ ਮੰਨਦੇ ਹੋ ਵੀ ਉਹ ਅਸਲ ਗੁਰਸਿੱਖ ਹੈਗਾ ਵੀ ਉਹ ਨਵਾਂ ਨਵਾਂ ਉਸਨੇ, ਹਾਂ ਅਸੀਂ ਮੰਨਦੇ ਹਾਂ ਉਹਦੀ ਤਹਿਕੀਕਾਤ, ਜਦੋਂ ਕਿਤੇ ਅਸਲ ਆ ਉਹ ਨਕਲੀ ਨੀ ਹੈਗਾ, ਤੇ ਫਿਰ ਤੁਸੀਂ ਇਹ ਵੀ ਮੰਨਦੇ ਤਲਖੀ ਦਾ ਮਾਹੌਲ ਬਣਿਆ, ਤਲਖੀ ਦਾ ਮਾਹੌਲ ਉਸ ਟਾਈਮ ਐਸਾ ਸਿਚੁਏਸ਼ਨ ਬਣ ਸੀ, ਹੋ ਸਕਦਾ ਭੀੜ ਹਮਲਾ ਕਰਕੇ ਉਹ ਸਿੰਘ ਨੂੰ ਮਾਰ ਦਿੰਦੀ, ਹੋ ਸਕਦੀ ਉਸਦੇ ਕੋਲ ਜਿਵੇਂ ਸਾਡੇ ਕੋਲ ਸ਼ਾਸਤਰ ਹੁੰਦੇ ਨੇ ਕੋਈ ਗੰਡਾਸਾ ਵੀ ਸੀ, ਹੋ ਸਕਦਾ ਉਹ ਕਿਸੇ ਨੂੰ ਮਾਰਦਾ ਗੰਡਾਸਾ, ਤਲਖੀ ਦਾ ਮਾਹੌਲ ਬਣ ਗਿਆ ਨਾ, ਪਰ ਤੁਸੀਂ ਜਿਹੜੇ ਮਾਹੌਲ ਜੋ ਕੁਛ ਹੋਇਆ ਹੋਇਆ, ਪਰ ਜਿਹੜਾ ਮੇਰਾ ਉਹਦੇ ਨਾ ਬਣਾ ਰਹਾ ਹੁੰਦਾ ਰਾਹੌਲ ਰੋਲ ਆ ਨਾ ਮੇਰੇ ਕਕਾਰ ਉਹਦੇ ਵਿੱਚ, ਉਦੋਂ ਮੇਰੀ ਗੈਰ ਮੌਜੂਦਗੀ ਦੇ ਵਿੱਚ ਹੋਇਆ, ਹਾਂ ਮੈਨੂੰ ਪਤਾ ਲੱਗਿਆ, ਮੈਂ ਅਹਿਸਾਸ ਹੋਇਆ ਰਾਤ ਸ਼ਾਮ ਨੂੰ ਜਦੋਂ ਮੈਂ ਦੇਖਿਆ ਮੋਬਾਈਲ, ਮੇਰਾ ਅਹਿਸਾਸ ਹੋਇਆ ਸਰ, ਪਤਾ ਲੱਗਿਆ ਵੀ ਉਹ ਬਾਕੀ ਗੁਰਸਿੱਖ ਆ, ਉਹਨੇ ਅੰਮ੍ਰਿਤ ਛਕਿਆ, ਉਹਦੇ ਪਿੰਡ ਵਾਲਿਆਂ ਨਾਲ ਗੱਲਬਾਤ ਹੋਈ ਵੀ ਉਹਨੇ ਬਾਬਾ ਜੀ ਅੰਮ੍ਰਿਤ ਛਕਿਆ ਤਿਆਰ ਪੱਤੇ, ਠੀਕ ਆ ਮੈਂ ਕਿਹਾ, ਫਿਰ ਅਸੀਂ ਜਾ ਕੇ ਉਸ ਨੂੰ ਰਾਤ ਕੁੰਡਲੀ ਥਾਣੇ ਦੇ ਵਿੱਚ ਰਵੀ ਕੁਮਾਰ ਥਾਣੇ ਐਸ ਐਚ ਓ ਉਹਦੇ ਨਾਲ ਗੱਲ ਕਰੀ, ਗੱਲ ਕਰ ਸਕਦੇ ਹੋ ਜੀ, ਅਮਿਤ ਕੁਮਾਰ ਉੱਥੇ ਮੁਨਸੀ ਆ, ਉਹਨੂੰ ਜਾ ਕੇ ਅਸੀਂ ਸ਼ਸਤਰ ਰਾਤ ਦੇ ਆਏ ਆ, ਕਾਰ ਦੇ ਆਏ ਆ, ਪਵਾਏ ਆਏ ਆ, ਪਰ ਤੁਹਾਨੂੰ ਲੱਗਦਾ ਨੀ ਵੀ ਜਦੋਂ ਹੁਣ ਮੀਡੀਆ ਦੇ ਵਿੱਚ ਗੱਲ ਆਉਂਦੀ ਹੈ ਤੁਹਾਡਾ ਜ਼ਿਕਰ ਵੀ ਆਉਂਦਾ ਵੀ ਤੁਸੀਂ ਵੀ ਇਸ ਦੇ ਵਿੱਚ ਇਸ ਸਾਜਿਸ਼ ਦਾ ਹਿੱਸਾ ਬਣ ਗਏ, ਚਾਹੇ ਜਾਣੇ ਅਣਜਾਣੇ ਦੇ ਵਿੱਚ, ਤੁਸੀਂ ਮੰਨਦੇ ਵੀ ਤੁਹਾਡੇ ਕੋਲ ਵੀ ਥੋੜ੍ਹੀ ਮੋਟੀ ਗਲਤੀ ਰਹਿ ਗਈ ਆ ਵੀ ਬਿਨਾਂ ਘੋਖ ਤੇ ਕੀਤੇ ਤੁਸੀਂ ਵੀ ਉਸ ਭੀੜ ਦਾ ਹਿੱਸਾ ਬਣ ਗਏ? ਮੈਂ ਮੰਨਣਾ ਕੋਈ ਮੰਨਣਾ ਵੀ ਉਸ ਤਲਖੀ ਸੀਗਾ, ਜਿਹੜਾ ਕੁਛ ਹੋਇਆ ਗਲਤ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀਗਾ, ਮੈਂ ਮੰਨ ਰਿਹਾ, ਮੈਂ ਸੰਗਤ ਨੂੰ ਇਹ ਵੀ ਰਾਤ ਮੈਂ ਸਪਸ਼ਟੀਕਰਨ ਗੁਰਬਾਣੀ ਖੰਡ ਬਾਣੀ ਭਾਈ ਬਖਸ਼ੀਸ਼ ਨੇ ਉਹ ਵੀ ਚੈਨਲ ਉਹਨਾਂ ਤੇ ਬੋਲਿਆ ਤੇ ਟੀਵੀ ਤੇ ਵੀ ਇਹ ਬੋਲਿਆ ਵੀ ਮੈਨੂੰ ਅਹਿਸਾਸ ਆ, ਜੇ ਪੰਥ ਮੈਨੂੰ ਦੋਸ਼ੀ ਸਮਝਦਾ ਮੈਂ ਪੰਥ ਤੋਂ ਮਾਫ਼ੀ ਮੰਗਦਾ, ਚਾਹੇ ਮੇਰਾ ਸਿਰ ਕਰਮ ਬਣੋ, ਚਾਹੇ ਮੈਨੂੰ ਸਜ਼ਾ ਲਾਓ, ਮੰਨਦਾ ਹੋਇਆ, ਇਹਦੇ ਵਿੱਚ ਕੋਈ ਵੱਡੀ ਇੱਜ਼ਤ ਹੋਇਆ, ਅਸੀਂ ਉਹਦਾ ਜਾ ਕੇ ਕਕਾਰ ਦੇ ਆਏ ਹਾਂ, ਹੁਣ ਉਹਨੂੰ ਇੱਜ਼ਤ ਦੇ ਨਾਲ ਜੇ ਉਹ ਦੇਖੋ ਉਹ ਕੁੱਟਣ ਦਾ ਉਹਨੇ ਕੋਈ ਬੇਅਦਬੀ ਨੀ ਕਰੀ ਕਕਾਰਾਂ ਦੀ ਉਸ ਬੰਦੇ ਨੇ, ਜਾਂ ਉਹਦੇ 295 ਧਾਰਾ ਏ ਦਾ ਜ਼ਿਕਰ ਕੀਤਾ ਜਾਂਦਾ ਵੀ ਨਹੀਂ ਜਾ ਫੜਾਇਆ, ਬਿਲਕੁਲ ਨੀ ਫੜਾਇਆ, ਉਹਦੀ ਕੰਪਲੇਨ ਤੇ ਗ੍ਰਿਫਤਾਰ ਹੋਇਆ, ਤੇ ਨਾ ਉਹਦੇ 295 ਉਹਦੇ ਮਾਰ ਕੁੱਟ ਦੀ ਧਾਰਾ ਆ ਗਈ, ਉਹ ਜੇ ਦੇਖੋ ਜੇ ਉਹ ਬੰਦਾ ਸਮਝਦਾ ਸਾਡੇ ਨਾਲ ਉਹਦੀ ਗੱਲ ਹੋ ਰਹੀ ਹੈ, ਉਹਦੇ ਪਿੰਡ ਪੰਚਾਇਤ ਦੇ ਸਿੰਘ ਦੇ ਆ ਰਹੇ ਸਾਰਾ ਲੱਗ ਆ ਰਹੇ ਨੇ, ਜੇ ਤਾਂ ਉਹਨਾਂ ਦਾ ਸਮਝੌਤਾ ਹੁੰਦਾ, ਉਹਨੂੰ ਇੱਜ਼ਤ ਮਾਣ ਦੇਣਾ, ਅਸੀਂ ਐਨ ਪੂਰੇ ਉਹਨੂੰ ਮੀਡੀਆ ਦੇ ਵਿੱਚ ਵੀ ਸਾਡੇ ਨਾਲ ਸਭ ਕੁਛ ਲੈ ਕੇ ਆਵਾਂਗੇ, ਉਹਦੇ ਬਾਣਾ ਪਾਇਆ ਜਾਊਗਾ, ਉਹ ਤੇ ਕੋਈ ਗੱਲ ਨੀ, ਤਲਖੀ ਦੇ ਵਿੱਚ ਗੱਲਾਂ ਹੋ ਜਾਣ ਬਹੁਤ ਕੁਛ ਹੋ ਜਾਂਦਾ, ਇਹਨੂੰ ਸਾਰਾ ਸਮੇਟਣ ਦਾ ਜੇ ਸੱਚ ਤੋਂ ਹੋਇਆ ਅਸੀਂ ਪੰਥ ਦੀ ਕਚਹਿਰੀ ਤੇ ਹਾਜ਼ਰ ਹਾਂ, ਤੱਕ ਉਹਦੇ ਬਾਣਾ ਪਵਾਵਾਂਗੇ ਸਾਰੇ, ਜੇ ਉਹਨੂੰ ਉਹ ਬੰਦਾ ਨਹੀਂ ਸ਼ਖਸ ਮੰਨਦਾ ਫਿਰ ਉਹਦੀ ਜਮਾਨਤ ਹੋਊਗੀ, ਜਦੋਂ ਜਮਾਨਤ ਹੋਊ ਪਰ ਜੇ ਜੇਕਰ ਜਦੋਂ ਮੇਰੀ ਇੱਕ ਬਲਵਾਨ ਸਿੰਘ ਹੈਗੀ ਹੈ ਚਸ਼ਮਦੀਦ,
ਉਹ ਉਸ ਨਾਲ ਮੇਰੀ ਗੱਲ ਹੋਈ ਆ, ਉਹ ਕਹਿੰਦੇ ਵੀ ਮੈਂ ਗਵਾਹੀ ਜਾ ਕੇ ਦੇਣੀ ਹੈ ਵੀ ਇਹ ਸਾਰੀ ਜਿਹੜੀ ਉਹ ਬੀੜੀ ਦੇ ਕਰਕੇ ਮਸਲਾ ਹੋਇਆ, ਇਹਦੀ ਕੋਈ ਗਲਤੀ ਨਹੀਂ ਹੈ, ਉਹ ਕਹਿੰਦਾ ਸਾਰਾ ਮਸਲਾ ਹੱਲ ਹੋ ਜਾਣਾ। ਜੇਕਰ ਅੱਜ ਜਾਂ ਕੱਲ੍ਹ ਦੇ ਵਿੱਚ ਨਵੀਨ ਸਿੰਘ ਆਉਂਦਾ ਤੁਹਾਡੇ ਸਾਹਮਣੇ, ਤੁਸੀਂ ਉਸ ਨੂੰ ਗਲੇ ਨਾਲ ਲਾਓਗੇ? ਤੁਸੀਂ ਉਸ ਤੋਂ ਸੌਰੀ ਫੀਲ ਕਰੋਗੇ? ਮੈਂ ਗਲੇ ਕਿਉਂ, ਮੈਂ ਉਹਨੂੰ ਜਦੋਂ ਵਸਤਰ ਦੇਤੇ, ਅਸੀਂ ਦੇਖ ਆਏ ਆਪ ਜਾ ਕੇ, ਸਾਬਤ ਕਰੋਗੇ ਸਿੰਘ ਆਏਗੀ ਰਾਤ, ਉਹਦੇ ਨਾਲ ਸਾਰਾ ਉਹਦਾ ਕੋਈ ਕਸੂਰ ਨੀ। ਉਹਦਾ ਕਸੂਰ ਇੰਨਾ ਹੀ ਆ, ਦੇਖੋ ਇਹ ਕਿਸਾਨ ਅੰਦੋਲਨ ਆ, ਦੇਖੋ ਇੱਥੇ ਬੀੜੀਆਂ ਪੀਣ ਵਾਲੇ ਆਉਂਦੇ ਨੇ ਬਹੁਤ, ਅਸੀਂ ਉਹਨੂੰ ਪਿਆਰ ਨਾਲ ਕਹਿ ਸਕਦੇ ਇਹ ਸਾਰਾ ਹੋਕਾ ਹੀ ਪੀਂਦੇ ਨੇ ਆ ਜਿਹੜੇ ਬਾਂਬਰੂ ਨੇ, ਜੇ ਲੜਦੇ ਆ ਮਾਰਦੇ ਆ, ਮਾਰ ਕਟਾਈ ਨਾਲ ਨੀ ਹੋਣਾ ਸਾਡੇ ਤੇ ਇੰਨੀ ਕਿਸੇ ਨਾਲ ਨਿਹੰਗ ਸਿੰਘ ਮਾਰ ਕਟਾਈ ਸਾਨੂੰ ਇਸੇ ਕਰਕੇ ਟਾਰਗੇਟ ਕਰਿਆ ਵੀ ਮਾਰ ਕਟਾਈ ਕਰ ਦੇਣ, ਕਿਸੇ ਬਾਂਹ ਵੜਤੀ, ਕਿਸੇ ਦੇ ਡਾਂਗ ਮਾਰੀ, ਕੱਲ ਜੋ ਹੋਇਆ ਇਹ ਕਿਸੇ ਉਸ ਚ ਹੋਇਆ ਸਾਂਭਣੀ ਆ। ਉਹਨੇ ਉਹਨੂੰ ਇਹ ਸਮਝ ਆਇਆ ਤੂੰ ਇਹਨੂੰ ਇੱਕ ਅੱਧਾ ਥੱਪੜ ਮਾਰ ਸਕਦਾ, ਬੀੜੀ ਪਿੰਡਾਂ ਨੂੰ ਥੱਪੜ ਇੱਕ ਅੱਧਾ ਮਾਰਦਾ, ਪਰਾਂ ਪੰਜਾਬ ਦਾ ਜਾਂ ਹੋ ਕੇ ਉਹਨੂੰ ਕਹਿੰਦਾ ਵੀ ਆਪਦੇ ਬੰਦੇ ਨੂੰ ਲੈ ਕੇ ਜਾਓ, ਮੇਰੀ ਪਿੰਡ ਉਸ ਬੰਦੇ ਦੀ ਡਾਂਗ ਨਾਲ ਕਟਾਈ ਕਰਨ ਜਿਹੜੇ ਉਸ ਇਹਦੀ ਲੱਤ ਤੋੜਤੀ, ਪਿਆਰ ਰੌਲਾ ਪਾਈ ਜਾਂਦਾ ਸੀ, ਤਲ ਕੀ ਹੋ ਗਈ ਗੱਲ ਇਹ ਆ। ਸਿਚੁਏਸ਼ਨ ਸਾਨੂੰ ਵੀ ਸਮਝਣਾ ਚਾਹੀਦਾ, ਨਵਾਂ ਰਲਿਆ ਚਲੋ ਉਹਨੂੰ ਸਮਝਾਇਆ, ਉਹਨੂੰ ਸਮਝਾਵਾਂਗੇ, ਉਹ ਸਾਰਾ ਗੱਲ ਅਸੀਂ ਸਮਝਦੇ ਹਾਂ, ਅਸੀਂ ਸਾਰੇ ਤੇ ਕਰ ਲਿਆ ਵਾ। ਤੁਹਾਡਾ ਬਹੁਤ ਧੰਨਵਾਦ ਜੀ, ਜਥੇਦਾਰ ਸਾਹਿਬ ਤੁਸੀਂ ਸਮਾਂ ਕੱਢਿਆ। ਗੱਲ ਇਹ ਆ ਮੈਂ ਤੁਹਾਡੇ ਤੇਲ ਰਾਹੀਂ ਮੱਝ ਨੂੰ ਸੰਗਤਾਂ ਨੂੰ ਬੇਨਤੀ ਕਰਦਾ, ਜੇ ਮੇਰੇ ਤੇ ਕਸੂਰ ਆ ਜਾਂ ਮੇਰੀ ਮੌਜੂਦਗੀ ਦੇ ਵਿੱਚ ਉਹਦੇ ਵਿਕਾਰ ਵਾਸਤਾ ਲਗਾਏ ਗਏ, ਤੁਹਾਨੂੰ ਲੱਗਦਾ ਵੀ ਜਥੇਦਾਰ ਉੱਥੇ ਹਾਜ਼ਰ ਸੀ ਪਰ ਉਹ ਮੇਰੇ ਗੈਰ ਹਾਜ਼ਰੀ ਦੇ ਵਿੱਚ ਹੋਇਆ, ਮੈਂ ਸੰਗਤਾਂ ਤੋਂ ਮਾਫ਼ੀ ਮੰਗਦਾ, ਮੈਂ ਪੰਥ ਦੀ ਕਚਹਿਰੀ ਜੋ ਮੈਨੂੰ ਸੰਗਤਾਂ ਦਲ ਲਾਉਣਗੀਆਂ ਮੈਂ ਤਿਆਰ ਹਾਂ। ਤੁਹਾਡਾ ਬਹੁਤ ਧੰਨਵਾਦ, ਸੱਚਾ ਸੋਚਿਆ ਅਸੀਂ ਉਹਦੀ ਪ੍ਰੋੜਤਾ ਕਰਦੇ। ਥੈਂਕ ਯੂ ਵੈਰੀ ਮੱਚ, ਧੰਨਵਾਦ ਜੀ, ਠੀਕ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ।